दाल रोटी घर दी दिवाली अमृतसर दी सचखंड श्री हरिमंदर साहिब विखे सिख कौम दा अहम दिहाड़ा बंदी छोड़ दिवस यानी कि दिवाली श्रद्धा अते सत्कार दे नाल मनाया गया। सचखंड श्री हरिमंदर साहिब दे विच दूर दूर तो आए श्रद्धालु इस पवित्र दिवस ते लंबिया लाइना दे विच खड़े होके गुरु घर दे विच नतमस्तक होए अते आशीर्वाद लैके खुशियां प्राप्त कीतियां। उत्थे इस मौके देसी घिओ दे दीवियां नाल दीपमाला कीती गई अते शाम दे समय रहरास ते पाठ तो बाद श्रोमणी गुरुद्वारा प्रबंधक कमेटी दे वलों खूबसूरत आतिशबाजी कीती गई। दिवाली दा त्यौहार जिथे हिंदू धर्म दे विच काफी महत्व रखदा है उत्थे सिख धर्म दा महान इतिहास भी इस नाल जुड़िया होया है। सिख धर्म दे विच दिवाली नूं बंदी छोड़ दिवस दे रूप दे विच मनाया जांदा है क्योंकि इस दिन 6वें पातशाह श्री गुरु हरगोबिंद सिंह जी ग्वालियर दे किले दे विचों 52 राजिआं नूं छुड़वा के लियाए सन। बंदी छोड़ दिवस मौके श्री दरबार साहिब विखे हुई अलौकिक आतिशबाजी अते दीपमाला दा संगत ने भरपूर आनंद माणिया। ਬਠਿੰਡੇ ਦੇ ਆਏ ਹਾਂ। ਸੁਖਪ੍ਰੀਤ ਮੇਰਾ ਨਾਮ ਆ। ਮੇਰੀ ਪਹਿਲੀ ਦੀਵਾਲੀ ਵੀ ਇੱਥੇ ਸੀਗੀ ਤੇ ਦੂਸਰੀ ਦੀਵਾਲੀ ਆ। ਮੈਨੂੰ ਬਹੁਤ ਵਧੀਆ ਲੱਗਦਾ ਅੰਮ੍ਰਿਤਸਰ ਆ ਕੇ ਤੇ ਬਹੁਤ ਖੁਸ਼ ਹੁੰਦੀ ਹੈ ਇੱਥੇ ਆ ਕੇ। ਹਮੇਸ਼ਾ ਸਾਰਿਆਂ ਨੂੰ ਭਲਾ ਕਰੇ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉੜੀਆਂ। ਅੱਜ ਦੇ ਦਿਨ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਦੀ ਕੈਦ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਾਂ ਸਮੇਤ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀਗੇ। ਇੱਥੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਓ ਦੇ ਦੀਵੇ ਬਾਲੇ ਗਏ, ਆਤਿਸ਼ਬਾਜੀ ਚਲਾਈ ਗਈ। ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ। ਦਾਲ ਰੋਟੀ ਘਰ ਦੀ ਅਤੇ ਦੀਵਾਲੀ ਅੰਮ੍ਰਿਤਸਰ ਦੀ। ਦੀਵਾਲੀ ਜਿਹੜੀ ਹੈਗੀ ਹੈ ਉਹ ਅੰਮ੍ਰਿਤਸਰ ਦੀ ਦੇਖਣ ਯੋਗ ਹੁੰਦੀ ਹੈ। ਬਹੁਤ ਮਨਮੋਹਕ ਨਜ਼ਾਰਾ ਹੁੰਦਾ ਹੈ, ਆਤਿਸ਼ਬਾਜੀ ਦੇਖਣ ਯੋਗ ਹੁੰਦੀ ਹੈ। ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਤੋਂ ਪਰਿਵਾਰਾਂ ਸਮੇਤ ਅੱਜ ਦੇ ਦਿਨ ਨਤਮਸਤਕ ਹੁੰਦੀਆਂ ਹਨ। ਇਸ ਲਈ ਸਮੂਹ ਸੰਗਤਾਂ ਨੂੰ ਬੇਨਤੀ ਹੈ ਹੁੰਮ ਹਮਾ ਕੇ ਅੱਜ ਦੇ ਦਿਨ ਦੀਵਾਲੀ ਵਾਲੇ ਦਿਨ ਪਰਿਵਾਰਾਂ ਸਮੇਤ ਦਰਬਾਰ ਸਾਹਿਬ ਪਹੁੰਚੋ ਕਿਉਂਕਿ ਜੇ ਸਵਰਗ ਦੇਖਣਾ ਹੋਵੇ ਨਾ ਤਾਂ ਦਰਬਾਰ ਸਾਹਿਬ ਆ ਜਾਓ। ਇਸ ਤਰ੍ਹਾਂ ਵੱਡਾ ਸਵਰਗ ਤੁਹਾਨੂੰ ਹੋਰ ਕਿਤੇ ਨਹੀਂ ਦਿਖੇਗਾ। ਦਾਲ ਰੋਟੀ ਘਰ ਦੀ ਅਤੇ ਦੀਵਾਲੀ ਅੰਮ੍ਰਿਤਸਰ ਦੀ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਵਿਸ਼ਵ ਦੀਆਂ ਸੰਸਾਰ ਭਰ ਦੀਆਂ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਜੋ ਦੀਵਾਲੀ ਅਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ। ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਉੱਤੇ ਸੁੱਖ ਭਰਿਆ ਸਮਾਂ ਆਵੇ। ਸੋ ਸਾਧ ਸੰਗਤ ਜੀ, ਅੱਜ ਦਾ ਜਿਹੜਾ ਇਹ ਦਿਹਾੜਾ ਅਸੀਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਏ ਹਾਂ ਅਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਸਾਧ ਸੰਗਤ ਜੀ, ਜੋ ਕਿ ਬੰਦੀ ਛੋੜ ਦਿਵਸ ਬੜੀ ਹੀ ਸ਼ਰਧਾ ਭਾਵਨਾ ਨਾਲ ਇੱਥੇ ਮਨਾਇਆ ਜਾ ਰਿਹਾ ਹੈ, ਜਿੱਥੇ ਸਿੱਖ ਸੰਗਤਾਂ, ਹਿੰਦੂ ਸਮਾਜ, ਹੋਰ ਕਿੰਨੀਆਂ ਹੀ ਸੰਗਤਾਂ ਉਰੇ ਆ ਕੇ ਦਰਸ਼ਨ ਕਰ ਰਹੀਆਂ ਨੇ। ਸਾਨੂੰ ਬੜਾ ਹੀ ਮਨ ਖੁਸ਼ ਹੋਇਆ ਸਾਡਾ ਵੀ ਸਾਰੀ ਤਰ੍ਹਾਂ ਦੀ ਸੰਗਤਾਂ ਨੂੰ ਵੇਖ ਕੇ। ਔਰ ਸਾਡੀ ਵੀ ਸਦਾ ਹੀ ਰੀਝ ਰਹਿੰਦੀ ਹੈ ਵੀ ਸਾਰਾ ਹੀ ਸੰਸਾਰ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਉਹਦਾ ਕਲਿਆਣ ਹੋਵੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੀਵਾਲੀ ਦੇ ਪੁਰਬ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਲੰਧਰ ਤੋਂ ਆਏ ਹਾਂ, ਉੱਦਾਂ ਕੱਲ੍ਹ ਅਸੀਂ ਦਿੱਲੀ ਤੋਂ ਆਏ ਸੀਗੇ। ਅਸੀਂ ਇਹੀ ਮੰਨਦੇ ਹਾਂ ਕਿ ਦਾਲ ਰੋਟੀ ਘਰ ਦੀ ਅਤੇ ਦੀਵਾਲੀ ਅੰਮ੍ਰਿਤਸਰ ਦੀ, ਅਤੇ ਜਦੋਂ ਤੱਕ ਦੀਵਾਲੀ ਅੰਮ੍ਰਿਤਸਰ ਆ ਕੇ ਦਰਸ਼ਨ ਨਾ ਕੀਤੀ ਜਾਏ ਤਾਂ ਉਦੋਂ ਤੱਕ ਦੀਵਾਲੀ ਨਹੀਂ ਮੰਨੀ ਜਾਏਗੀ। ਅਤੇ ਬੰਦੀ ਛੋੜ ਦਿਵਸ ਵਾਸਤੇ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਸਾਰੀ ਖਾਲਸਾ ਸੰਗਤ ਨੂੰ ਵਧਾਈਆਂ। ਤੇ ਇੱਥੇ ਅੱਜ ਅਸੀਂ ਦਰਸ਼ਨ ਕੀਤੇ ਸਵੇਰੇ ਸਵੇਰੇ, ਬਾਬਾ ਜੀ ਦੇ ਦਰਸ਼ਨ ਹੋ ਗਏ, ਹੁਣ ਅਸੀਂ ਘਰ ਵੱਲ ਨੂੰ ਵੀ ਜਾਣਾ ਹੈਗਾ ਤੇ ਘਰ ਦੀ ਦੀਵਾਲੀ ਮਨਾਵਾਂਗੇ। ਅਰਦਾਸ ਬੇਨਤੀ, ਸਾਰਿਆਂ ਵਾਸਤੇ ਸੁੱਖ ਮੰਗਿਆ ਗਿਆ, ਦੇਹ ਰੋਗਤਾ ਮੰਗੀ ਗਈ ਹੈ, ਜਿਹੜੀ ਵੀ ਬਿਮਾਰੀਆਂ ਚੱਲ ਰਹੀਆਂ ਬਾਬਾ ਜੀ ਉਹਨਾਂ ਨੂੰ ਸਾਰਿਆਂ ਵਾਸਤੇ ਕੱਟਣ, ਸਾਰਿਆਂ ਨੂੰ ਦੇਹ ਰੋਗਤਾ ਮਿਲੇ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।